ਤਾਇਆ ਦੇਖ ਤਾਂ ਬੜਕ ਕੱਲ ਨਵਾਂ ਬੋਲਟ ਲਿਆਂਦਾ ਅੱਜ ਮੇਲੇ ਤੇ ਜਾਣਾ ਪਟਾਕੇ ਮਾਰਦਿਆਂ ਨੇ ਪੁੱਤਰ ਜੀ ਕਿਸ ਮੇਲੇ ਦੀ ਗੱਲ ਕਰਦੇ ਹੋ ਮੇਲਾ ਸਬਾ ਦਾ ਮੇਲਾ ਪੁੱਤਰ ਤੇਰਾ ਨਾਮ ਕੀ ਹੈ ਮੇਰਾ ਨਾ ਤਾਇਆ ਮੇਰਾ ਨਾ ਗਹਿਰੀ ਡੈਰੀ ਨਹੀਂ ਪੂਰਾ ਨਾਮ ਦੱਸੋ ਜਿਹੜਾ ਤੁਹਾਡੇ ਮਾਂ ਪਿਓ ਨੇ ਰੱਖਿਆ ਮੇਰਾ ਨਾ ਮੇਰਾ ਨਾ ਗੁਰਸ਼ਬਦ ਗੁਰਸ਼ਫਤ ਦੇ ਨਾਲ ਸਿੰਘ ਵੀ ਦੱਸਿਆ ਕਰੋ ਅਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਵੀ ਰੱਖਿਆ ਕਰੋ ਉਹ ਤਾਇਆ ਅੱਜ ਕੱਲ ਤਾਂ ਗੂਗਲ ਬਾਬਾ ਹੱਥ 'ਚ ਹੈ ਸਾਰੀ ਜਾਣਕਾਰੀ ਵਾਸਤੇ ਇਹੀ ਤਾਂ ਮੈਂ ਦੱਸਣਾ ਚਾਹਨਾ ਜਿਸ ਨੂੰ ਤੂੰ ਮੇਲਾ ਦੱਸਦਾ ਇਹ ਮੇਲਾ ਨਹੀਂ ਇਹ ਤਾਂ ਸੋਕ ਸਵ ਹੈ ਬਸ ਇਹ ਸਮਾ ਬੁਲਟ ਨਾਲ ਪਟਾਕੇ ਮਾਰਨ ਦਾ ਨਹੀਂ ਸਗੋਂ ਇਹ ਸਮਾ ਤਾਂ ਸਾਨੂੰ ਛੋਟੇ ਸਹਿਕ ਜਾਂਦਿਆਂ ਤੇ ਹੋਏ ਜ਼ੁਲਮ ਦੀ ਯਾਦ ਦਵਾਉਂਦਾ ਹਾਂ ਸਾਡੇ ਬਹੁਤ ਸਾਰੇ ਬੱਚੇ ਸਿਰਫ ਇਹ ਜਾਣਦੇ ਨੇ ਕਿ ਛੋਟੇ ਸਹਿਬਜ਼ਾਦੇਆਂ ਨੂੰ ਨੀਹਾਂ ਵਿੱਚ ਚਣਵਾ ਦਿੱਤਾ ਗਿਆ ਸੀ ਪਰ ਉਹ ਇਹ ਨਹੀਂ ਜਾਣਦੇ ਕਿ ਸਹਿਬਜ਼ਾਦੇ ਜੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ ਪਿੱਪਲ ਨਾਲ ਬੰਨ੍ਹ ਕੇ ਗੁਲੇਲੇ ਵੀ ਮਾਰੇ ਗਏ ਸੀ ਤੇ ਨੰਗੇ ਪਿੰਡੇ ਛਟੀਆਂ ਨਾਲ ਕੁੱਟਿਆ ਵੀ ਗਿਆ ਸੀ ਤੇ ਫਿਰ ਠੰਡੇ ਭੁਰਜ ਵਿੱਚ ਰੱਖਿਆ ਗਿਆ ਸੀ ਅਖੀਰਲੇ ਸਮੇਂ ਉਹਨਾਂ ਨੂੰ ਨੀਹਾਂ ਵਿੱਚ ਚਣਵਾ ਦਿੱਤਾ ਗਿਆ ਸੀ ਜਦੋਂ ਕੰਦ गिर ਗਈ ਤਾਂ ਉਹਨਾਂ ਦੀਆਂ ਸਾਂਹ ਲੜੀਆਂ ਕੱਟੀਆਂ ਗਈਆਂ ਇਸ ਲਹਸਾਨੀ ਕੁਰਬਾਨੀ ਲਈ ਸਾਨੂੰ ਕੋਟ ਕੋਟ ਪ੍ਰਣਾਮ ਕਰਨਾ ਚਾਹੀਦਾ ਹੈ ਤੇ ਹਮੇਸ਼ਾ ਸਤਕਾਰ ਵਜੋਂ ਸੀਸ ਝੁਕਾਉਣਾ ਚਾਹੀਦਾ ਪੁੱਤਰ ਜੀ ਸਤ ਗੁਰੂ ਦੀਆਂ ਬਖਸ਼ੀਆਂ ਖੁਸ਼ੀਆਂ ਦੀ ਦੁਰਵਰਤੋਂ ਨਾ ਕਰੋ ਨਾਨਕ ਨੀਵਾ ਜੋ ਚਲੇ ਲਗੇ ਨਾ ਤਤੀ ਵਹ ਤਾਂ ਹੈ ਜੀ ਮੈਨੂੰ ਮਾਫ਼ ਕਰ ਦਿਓ ਮੈਂ ਇਸ ਇਤਿਹਾਸ ਬਾਰੇ ਬਿਲਕੁਲ ਵੀ ਜਾਣੂ ਨਹੀਂ ਸੀ